ਤਾਂ ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਸੰਜੇ ਸਿੰਘ ਜੇਲ੍ਹ 'ਚੋਂ ਬਾਹਰ ਆ ਗਏ ਨੇ। ਦੱਸ ਦਈਏ ਕਿ ਕੱਲ੍ਹ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਜ਼ਮਾਨਤ ਮਨਜ਼ੂਰ ਕੀਤੀ ਗਈ ਸੀ ਤਿਹਾੜ ਜੇਲ੍ਹ ਤੋਂ, ਹੁਣ ਆਪ ਦੇ ਜਿਹੜੇ ਸਾਂਸਦ ਨੇ MP ਨੇ ਸੰਜੇ ਸਿੰਘ ਬਾਹਰ ਆ ਗਏ ਨੇ। 6 ਮਹੀਨੇ ਬਾਅਦ ਜਿਹੜੀ ਉਹਨਾਂ ਦੀ ਜ਼ਮਾਨਤ ਮਨਜ਼ੂਰ ਹੋਈ ਸੀ ਤਾਂ ਹੁਣ ਜੇਲ੍ਹ 'ਚੋਂ ਬਾਹਰ ਆ ਚੁੱਕੇ ਨੇ ਸੰਜੇ ਸਿੰਘ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ, ਡੇਲੀ ਪੋਸਟ ਪੰਜਾਬੀ 'ਤੇ ਐਕਸਕਲੂਸਿਵ, ਦਿੱਲੀ ਦੀ ਤਿਹਾੜ ਜੇਲ੍ਹ ਤੋਂ ਸੰਜੇ ਸਿੰਘ ਬਾਹਰ ਆਏ ਨੇ। ਦੱਸ ਦਈਏ ਕਿ ਕੇਜਰੀਵਾਲ ਇਸ ਵੇਲੇ ਤਿਹਾੜ ਜੇਲ੍ਹ ਦੇ ਵਿੱਚ ਨੇ ਔਰ ਸੰਜੇ ਸਿੰਘ ਬਾਹਰ ਆਏ ਨੇ। ਸ਼ਰਾਬ ਨੀਤੀ ਨਾਲ ਸੰਬੰਧਿਤ ਜਿਹੜਾ ਮਾਮਲਾ ਸੀ, ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸੀ, ਤਾਂ 6 ਮਹੀਨੇ ਲੰਮਾ ਸਮਾਂ। ਦੱਸ ਦਈਏ ਕਿ ਦਿੱਲੀ ਸ਼ਰਾਬ ਘੁਟਾਲੇ ਦੇ ਵਿੱਚ 6 ਮਹੀਨੇ ਦੀ ਜੇਲ੍ਹ ਦੇ ਵਿੱਚ, 6 ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਸੀ। ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ, ਰਾਜ ਸਭਾ ਮੈਂਬਰ ਨੇ, ਸੰਜੇ ਸਿੰਘ ਨੂੰ ਸੁਪਰੀਮ ਕੋਰਟ ਦੇ ਵੱਲੋਂ ਬੀਤੇ ਦਿਨ ਜ਼ਮਾਨਤ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਜਿਹੜਾ ਜ਼ਮਾਨਤ ਮਿਲੀ ਹੈ, ਤਾਂ ਅੱਜ ਹੁਣ ਤੋਂ ਬਿਲਕੁਲ ਕੁਛ ਦੇਰ ਪਹਿਲਾਂ ਹੀ ਉਹ ਜਿਹੜੇ ਜੇਲ੍ਹ ਤੋਂ ਬਾਹਰ ਆਏ ਨੇ। ਦੱਸ ਦਈਏ ਕਿ ਇਸ ਜ਼ਮਾਨਤ ਦਾ ਜਿਹੜਾ ED ਦੇ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਸੀ। ਤਾਂ ਦੱਸ ਦਈਏ ਕਿ ਮੰਗਲਵਾਰ ਨੂੰ ਉਹਨਾਂ ਨੂੰ ਮਨੀ ਲਾਂਡਰਿੰਗ ਕੇਸ ਦੇ ਵਿੱਚ ਜ਼ਮਾਨਤ ਮਿਲਦੀ ਹੈ। ਟ੍ਰਾਇਲ ਕੋਰਟ ਦੀ ਸੰਤੁਸ਼ਟੀ ਅਤੇ ਸ਼ਰਤਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਹੁਣ ਕੁਛ ਸ਼ਰਤਾਂ 'ਤੇ ਰਿਹਾਅ ਕੀਤਾ ਗਿਆ। ਪਰ ਜਿਹੜੀ ਸੰਜੇ ਸਿੰਘ ਦੀ ਬਾਹਰ ਆਉਣ ਦੀ ਜਿਹੜੀ ਇਹ ਟਾਈਮਿੰਗ ਹੈ, ਟਾਈਮਿੰਗ ਬਹੁਤ ਇੰਪੋਰਟੈਂਟ ਜਿਹੜੀ ਮੰਨੀ ਜਾ ਰਹੀ ਹੈ, ਜੇ ਤੁਸੀਂ ਇਸ ਚੀਜ਼ ਨੂੰ ਸਮਝੋ, ਕਿਉਂਕਿ ਜਿਹੜਾ ਚੋਣਾਂ ਦਾ ਮੌਸਮ ਹੈ, ਤਾਂ ਇਸ ਦੇ ਵਿੱਚ ਜਿਹੜਾ ਸੰਜੇ ਸਿੰਘ ਬਾਹਰ ਆਏ ਨੇ, ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਹਾਲਾਂਕਿ ਸੰਜੇ ਸਿੰਘ ਦੀ ਪਤਨੀ ਦਾ ਵੀ ਅੱਜ ਜਿਹੜਾ ਬਿਆਨ ਆਇਆ ਸੀ, ਉਹਨਾਂ ਨੇ ਸਾਫ਼ ਕਿਹਾ ਸੀ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਜਸ਼ਨ ਨਹੀਂ ਮਨਾਉਣਗੇ, ਕਿਉਂਕਿ ਸੰਜੇ ਸਿੰਘ ਤਾਂ ਭਾਵੇਂ ਬਾਹਰ ਆ ਗਏ ਨੇ, ਪਰ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਅਜੇ ਵੀ ਕਈ ਜਿਹੜੇ ਸੀਨੀਅਰ ਆਗੂ ਨੇ, ਸੀਨੀਅਰ ਲੀਡਰਸ਼ਿਪ ਹੈ, ਉਹ ਜੇਲ੍ਹਾਂ ਦੇ ਵਿੱਚ ਹੈ। ਤਾਂ ਹਾਲਾਂਕਿ ਕੋਰਟ ਦੇ ਵੱਲੋਂ ਜਿਹੜੀ ਜ਼ਮਾਨਤ ਮਨਜ਼ੂਰ ਕੀਤੀ ਗਈ ਸੀ, ਉਸ ਤੋਂ ਬਾਅਦ ਜਿਹੜਾ ਜੇਲ੍ਹ 'ਚੋਂ ਬਾਹਰ ਆ ਗਏ ਨੇ ਸੰਜੇ ਸਿੰਘ, ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਵੀ ਹੁਣ ਉਹ ਕਿੰਨਾ ਕੁ ਸਰਗਰਮ ਰਹਿੰਦੇ ਨੇ, ਇਹ ਚੀਜ਼ਾਂ ਦੇਖਣੀਆਂ ਬੇਹੱਦ ਇੰਪੋਰਟੈਂਟ ਰਹਿਣਗੀਆਂ। ਔਰ ਇਹ ਵੀ ਦੱਸ ਦਈਏ ਕਿ ਸੰਜੇ ਸਿੰਘ 4 ਅਕਤੂਬਰ 2023 ਤੋਂ ਜੇਲ੍ਹ ਦੇ ਵਿੱਚ ਨੇ। ਤਾਂ ਤਕਰੀਬਨ ਤੁਸੀਂ ਦੇਖ ਸਕਦੇ ਹੋ ਕਿ 6 ਮਹੀਨੇ ਦੇ ਕਰੀਬ ਦਾ ਸਮਾਂ ਹੋਇਆ ਸੰਜੇ ਸਿੰਘ ਨੂੰ ਜੇਲ੍ਹ ਦੇ ਵਿੱਚ ਨੇ ਉਹ, ਔਰ ਸੰਜੇ ਸਿੰਘ ਦੀ ਜ਼ਮਾਨਤ ਦੇ ਜਿਹੜੇ ਆਦੇਸ਼ ਮੰਨਣ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਨੂੰ ਇਸ ਤੋਂ ਕਾਫੀ ਲਾਭ ਹੁੰਦਾ ਨਜ਼ਰ ਆਏਗਾ, ਕਿਉਂਕਿ ਇੱਕ ਤਰ੍ਹਾਂ ਦੇ ਨਾਲ ਸੀਨੀਅਰ ਲੀਡਰਸ਼ਿਪ ਜਿੰਨੀ ਹੈ ਆਮ ਆਦਮੀ ਪਾਰਟੀ ਦੀ, ਚਾਹੇ ਉਹ ਅਰਵਿੰਦ ਕੇਜਰੀਵਾਲ ਨੇ ਜਾਂ ਹੋਰ ਤਮਾਮ ਜਿਹੜੇ ਵੱਡੇ ਲੀਡਰ ਨੇ, ਜਿਹੜੇ ਫਾਊਂਡਰ ਲੀਡਰ ਕਹਿ ਸਕਦੇ, ਜਿਨ੍ਹਾਂ ਨੂੰ ਇਸ ਵੇਲੇ ਜੇਲ੍ਹਾਂ ਦੇ ਵਿੱਚ ਨੇ, ਤਾਂ ਅਜਿਹੇ ਜਿਹੜਾ ਆਲਮ ਦੇ ਵਿੱਚ ਜਦੋਂ ਸੰਜੇ ਸਿੰਘ ਬਾਹਰ ਆਏ ਨੇ, ਤਾਂ ਕਾਫੀ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਉਹ ਸਾਫ਼ ਹੋ ਸਕਦੀਆਂ ਨੇ, ਉਸਦਾ ਜਿਹੜਾ ਪਾਰਟੀ ਨੂੰ ਫਾਇਦਾ ਹੋ ਸਕਦਾ। ਇੱਥੇ ਇਹ ਵੀ ਦੱਸ ਦਈਏ ਕਿ ਜਿਹੜਾ ਅੱਜ ਹੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਜਿਹੜਾ ਟਾਈਮ ਮੰਗਿਆ ਗਿਆ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਦੇ ਲਈ ਉਹਨਾਂ ਨੂੰ ਜਿਹੜਾ ਟਾਈਮ ਦਿੱਤਾ ਜਾਵੇ, ਤਿਹਾੜ ਜੇਲ੍ਹ ਦੇ CMO ਨੂੰ ਚਿੱਠੀ ਲਿਖੀ ਹੈ ਕਿ CM ਅਰਵਿੰਦ ਕੇਜਰੀਵਾਲ ਦੇ ਨਾਲ ਉਹਨਾਂ ਨੂੰ ਮੁਲਾਕਾਤ ਕਰਨ ਦੇ ਲਈ ਜਿਹੜਾ ਵਕਤ ਦਿੱਤਾ ਜਾਵੇ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਿਹੜੀ ਇਹ ਚਿੱਠੀ ਲਿਖੀ ਗਈ ਹੈ, ਤਾਂ ਇਸ ਵੇਲੇ ਦੀ ਵੱਡੀ ਖਬਰ ਹੈ। ਜਿਹੜੇ ਦਰਸ਼ਕ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ, ਸੰਜੇ ਸਿੰਘ ਨੂੰ ਕੱਲ੍ਹ ਜਿਹੜੀ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਸੀ ਅਤੇ ਅੱਜ ਬਾਹਰ ਆਏ ਨੇ, ਸ਼ਰਾਬ ਘੁਟਾਲੇ ਮਾਮਲੇ 'ਚ ED ਦੇ ਵੱਲੋਂ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਗਈ ਸੀ, ਵੱਡੀ ਕਾਰਵਾਈ। ਤਾਂ ਉਸ ਤੋਂ ਬਾਅਦ ਬੇਹੱਦ ਰਾਹਤ ਆਮ ਆਦਮੀ ਪਾਰਟੀ ਦੇ ਲਈ, 6 ਮਹੀਨਿਆਂ ਤੋਂ ਜੇਲ੍ਹ 'ਚ ਸੰਜੇ ਸਿੰਘ ਬੰਦ ਚੱਲ ਰਹੇ ਸਨ, 4 ਅਕਤੂਬਰ 2023 ਤੋਂ ਤਿਹਾੜ ਜੇਲ੍ਹ 'ਚੋਂ ਬਾਹਰ ਆ ਚੁੱਕੇ ਨੇ ਆਪ ਸਾਂਸਦ ਸੰਜੇ ਸਿੰਘ। ਹਾਲਾਂਕਿ ਮੀਡੀਆ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਇੰਟਰੈਕਸ਼ਨ ਨਹੀਂ ਕੀਤੀ ਗਈ, ਪਰ ਇੱਕ ਚੀਜ਼ ਸਾਫ਼ ਹੈ ਕਿ ਸੰਜੇ ਸਿੰਘ ਨੇ ਜਿਹੜੇ ਉਹ
ਸਰਗਰਮ ਜ਼ਰੂਰ ਨਜ਼ਰ ਆਉਣਗੇ। ਬਿਲਕੁਲ ਹਲਕਾ ਜਿਹਾ ਗੈਸਚਰ ਜ਼ਰੂਰ ਦਿਖਾਇਆ, ਲੋਕਾਂ ਦਾ ਧੰਨਵਾਦ ਕੀਤਾ ਔਰ ਲੋਕਾਂ ਦਾ ਵੱਡਾ ਜੋਸ਼, ਬਹੁਤ ਵੱਡੀ ਗਿਣਤੀ ਦੇ ਵਿੱਚ ਸਮਰਥਕ ਪਹੁੰਚੇ ਹੋਏ ਨੇ। ਔਰ ਇਹ ਵੀ ਦੱਸ ਦਈਏ ਕਿ ਪੰਜਾਬ ਤੋਂ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਕਈ ਜਿਹੜੇ ਲੀਡਰ ਨੇ ਉਹ ਵੀ ਦੱਸਿਆ ਜਾ ਰਿਹਾ ਕਿ ਉੱਥੇ ਪਹੁੰਚ ਚੁੱਕੇ ਨੇ। ਨਾਲ ਦੀ ਨਾਲ ਜਿਹੜੇ ਵਰਕਰ ਬਹੁਤ ਵੱਡੀ ਗਿਣਤੀ ਦੇ ਵਿੱਚ, ਸੰਜੇ ਸਿੰਘ ਦੀ ਪਤਨੀ ਨੇ 2 ਲੱਖ ਰੁਪਏ ਦਾ ਜਿਹੜਾ ਮੁਚਲਕਾ ਜਿਹੜਾ ਭਰਿਆ, ਤਿਹਾੜ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ, ਬੌਂਡ ਜਿਹੜਾ ਭਰਿਆ ਔਰ ਕਈ ਤਰ੍ਹਾਂ ਦੀਆਂ ਸ਼ਰਤਾਂ ਵੀ ਰੱਖੀਆਂ ਗਈਆਂ ਨੇ। ਔਰ ਜਲਦੀ ਹੀ ਕਿਹਾ ਜਾ ਰਿਹਾ ਕਿ ਪ੍ਰੈਸ ਕਾਨਫਰੰਸ ਵੀ ਸੰਜੇ ਸਿੰਘ ਜਿਹੜੇ ਨੇ ਉਹ ਕਰ ਸਕਦੇ ਨੇ। ਤਾਂ ਤਸਵੀਰਾਂ ਨੇ ਸਿੱਧੀਆਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਸੰਜੇ ਸਿੰਘ ਬਾਹਰ ਆਏ ਨੇ ਤਾਂ ਵੱਡਾ ਜਿਹੜਾ ਉਤਸ਼ਾਹ ਜ਼ਰੂਰ ਦੇਖਣ ਨੂੰ ਮਿਲਿਆ ਔਰ ਧੰਨਵਾਦ ਕੀਤਾ, ਇਨਕਲਾਬ ਜ਼ਿੰਦਾਬਾਦ ਦਾ ਨਾਰੇ ਵੀ ਲਗਾਏ ਗਏ ਨੇ ਸੰਜੇ ਸਿੰਘ ਦੇ ਵੱਲੋਂ। ਤਾਂ ਇਸ ਵੇਲੇ